ਰੇਡੀਓ ਹਾਜੀ 1674 ਹਮ ਤੋਂ ਤੁਹਾਡਾ ਸਵਾਗਤ ਹੈ ਜੀ ਔਰ ਇਸ ਵਕਤ ਤੁਸੀਂ ਮੈਨੂੰ ਰੇਡੀਓ ਦੇ ਨਾਲ-ਨਾਲ ਫੇਸਬੁੱਕ ਤੋਂ ਵੀ ਦੇਖ ਪਾ ਰਹੇ ਹੈਗੇ ਔਰ ਇੱਕ ਖਾਸ ਗੱਲਬਾਤ ਤੁਹਾਡੇ ਤੱਕ ਲੈ ਕੇ ਆਏ ਆ ਨਿਊ ਸਾਊਥ ਵੇਲਸ ਦੇ ਵਿੱਚ ਹੜ੍ਹ ਆਏ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਔਰ ਇਹਨਾਂ ਬਾਰਿਸ਼ਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਮਾਲੀ ਪੱਧਰ ਤੇ ਤਾਂ ਹੋਈ ਹੀ ਹੋਇਆ ਫਾਈਨੈਂਸ਼ੀਅਲ ਲਾਸਟ ਤਾਂ ਹੋ ਹੀ ਰਹੇ ਨੇ ਬਟ ਇੱਕ ਜਾਨ ਵੀ ਚਲੀ ਗਈ ਹੈ ਇੱਕ ਕੀਮਤੀ ਜਾਨ ਵੀ ਚਲੀ ਗਈ ਹੈ ਪਾਕਿਸਤਾਨ ਮੂਲ ਦਾ ਇਹ ਨੌਜਵਾਨ ਹੈਗਾ ਹੈ ਔਰ ਇਸ ਜਾਨ ਚਲੀ ਜਾਣ ਤੋਂ ਬਾਅਦ ਬਹੁਤ ਵੱਡਾ ਘਾਟਾ ਨਾ ਸਿਰਫ ਸਥਾਨਕ ਭਾਈਚਾਰੇ ਨੂੰ ਪਿਆ ਹੈ ਬਲਕਿ ਇਸ ਪਰਿਵਾਰ ਦੇ ਉੱਤੇ ਕੀ ਬੀਤਰੀ ਹੈਗੀ ਹੈ ਇਸ ਪੂਰੇ ਮਾਮਲੇ ਬਾਰੇ ਗੱਲ ਕਰਨ ਦੇ ਲਈ ਸਾਡੇ ਨਾਲ ਸਿਡਨੀ ਦੇ ਮਸ਼ਹੂਰ ਵਕੀਲ ਇਜਾਜ਼ ਖਾਨ ਸਾਹਿਬ ਜਿਹੜੇ ਕਿ ਪਾਕਿਸਤਾਨ ਆਸਟ੍ਰੇਲੀਆ ਐਸੋਸੀਏਸ਼ਨ ਦੇ ਪ੍ਰਧਾਨਵੀ ਨੇ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਜਾਜ਼ ਸਰ ਵੈਲਕਮ ਟੂ ਦੀ ਸ਼ੋਅ ਸਰ ਸੋ ਅ ਸਰ ਸਭ ਤੋਂ ਪਹਿਲਾਂ ਤਾਂ ਇਹ ਨਾ ਨਾਮ ਦੱਸੋਗੇ ਲੜਕਾ ਜਿਹੜਾ ਪਾਕਿਸਤਾਨ ਮੂਲ ਦਾ ਹੈਗਾ ਇਹ ਕਿਸ ਤਰ੍ਹਾਂ ਨਾਲ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚੀ ਹੈ ਔਰ ਕਿਵੇਂ ਹੋਇਆ ਇਹ ਵਾਕਿਆ ਸਰ ਸਾਡੇ ਤੱਕ ਵੀ ਜਾਣਕਾਰੀ ਜਿਹੜੀ ਉਹ ਫੇਸਬੁੱਕ ਤੇ ਰਾਹੀਂ ਪਹੁੰਚੀ ਹੈ ਇਹਦੇ ਨਾਲ ਦੋ ਤਿੰਨ ਮੁੰਡੇ ਜਿਹੜੇ ਰਹਿੰਦੇ ਸਨ ਉਹਨਾਂ 'ਚੋਂ ਇੱਕ ਅਦਾ ਸਾਡਾ ਵੀ ਜਾਣਨ ਵਾਲਾ ਹੈ ਜੀ ਇਹਦਾ ਨਾਂ ਹੈਗਾ ਅਯਾਜ਼ ਯੂਨਸ 25 ইয়ার্স ਐਜ ਸੀ ਤੇ ਵੈਸੀ সফটওয়্যার ਇੰਜੀਨੀਅਰ ਹੈ ਲੇਕਿਨ ਇੱਥੇ ਆ ਕੇ ਕੁਝ ਹੋ ਸਟੱਡੀ ਕਰ ਰਿਹਾ ਸੀ ਤੇ ਜਿਸ ਦਿਨ ਜਿਸ ਦਿਨ ਇਹ ਵਿਚਾਰੇ ਦੇ ਨਾਲ ਇਹ ਤੁਰਕਟਣਾ ਹੋਈ ਹੈ ਉਸ ਦਿਨ ਉਹ ਆਪਣੇ ਫਲੈਟ ਮੈਟ ਨੂੰ ਕਹਿ ਕੇ ਜਾ ਰਿਹਾ ਸੀ ਕਿ ਮੈਂ ਅੱਜ ਮੈਨੂੰ ਡ੍ਰੀਮ ਜੌਬ ਮਿਲੀ ਹੈ ਤੇ ਮੈਂ ਅੱਜ ਆਪਣੇ ਡ੍ਰੀਮ ਜੌਬ ਤੇ ਜਾ ਰਿਹਾ ਹਾਂ ਰਾਈਟ ਤੇ ਤੇ ਕੈਂਬਰੀ ਇਹਨੇ ਹਾਇਰ ਕੀਤੀ ਸੀ ਕਾਰ ਓਕੇ ਤੇ ਉਹ ਉਹ ਤੋਂ ਬਾਅਦ ਆਪਣੇ ਕੰਮ ਵਾਲੀ ਸਾਈਟ ਤੇ ਜਾ ਰਿਹਾ ਸੀ ਲਾਸਟ ਡੇ ਇਹਦੀ ਕਨਵਰਸੇਸ਼ਨ ਹੋਈ ਉਹ ਦੇ ਫਲੈਟ ਮੈਟ ਦੇ ਨਾਲ ਹੋਈ ਸੀ ਤੇ ਹੀ ਵੈਰੀ ਐਕਸਾਈਟਡ ਵਾਸ ਗੋਇੰ ਟੂ ਵਰਕ ਫਾਈਂਡ ਅ ਜੌਬ ਤਾਂ ਪਤਾ ਹੀ ਨਹੀਂ ਕਿ ਕਿਥੇ ਆ ਕੇ ਸਟੂਡੈਂਟ ਵਾਸਤੇ ਜੌਬ ਲੱਭਣਾ ਜਿਹੜਾ ਹੈ ਬਹੁਤ ਖ਼ਜ਼ਮਿਲ ਕੰਮ ਹੁੰਦਾ ਹੈ ਜੀ ਤੇ ਉਹਨੂੰ ਇਹத் ਨਹੀਂ ਸੀ ਪਤਾ ਕਿ ਮੈਂ ਜਿੰਨਾ ਐਕਸਾਈਟਡ ਆਪਣੀ ਜੌਬ ਵੱਲ ਜਾ ਰਹੇ ਹਾਂ ਬਲਕਿ ਮੇਰੀ ਜਾਨ ਜਾਨ ਹੀ ਲੈ ਦੇਗੀ ਇਹ ਜੌਬ ਹੂੰ ਹੂੰ ਤੇ ਸਭ ਤੋਂ ਜ਼ਿਆਦਾ ਦੁੱਖ ਹੋ ਰਿਹਾ ਇਸ ਗੱਲ ਦਾ ਹੋ ਰਿਹਾ ਕਿ 40 ਮਿੰਟ ਤੱਕ ਉਹ ਮੁੰਡਾ 300 ਦੀ ਕਾਲ ਦੇ ਰਾਤ ਦੇ ਵਿੱਚ ਰਿਹਾ ਮਾਈ ਗਾਡ ਓਕੇ ਐਮਰਜੈਂਸੀ ਆਪਰੇਸ਼ਨ ਚਲ 40 ਮਿੰਟਾਂ ਦੇ ਵਿੱਚ ਉਹਦੀ ਹੈਲਪ ਕਿਉਂ ਨਹੀਂ ਹੋ ਸਕੀ ਇਹ ਉਹ ਕੁਐਸਚਨ ਹੈ ਜਿਹੜਾ ਕਿ ਸਾਡੀ ਕਮਿਊਨਿਟੀ ਦਾ ਇਥੇ ਆਸਟ੍ਰੇਲੀਅਨ ਕਮਿਊਨਿਟੀ ਦਾ ਹਰ ਬੰਦਾ ਇਸ ਵੇਲੇ ਪੁੱਛਦਾ ਪਿਆ ਹੈ ਕਿ ਕੀ ਹੋਇਆ ਸਾਨੂੰ ਜਰਾ ਰੀਜ਼ਨ ਦੱਸੋ ਵਜ੍ਹਾ ਦੱਸੋ ਸਾਨੂੰ ਕਿ ਪੁਲਿਸ ਕਿਉਂ ਨਹੀਂ ਪਹੁੰਚੀ ਐਸਸੀਐਸ ਵਾਲੇ ਕਿਉਂ ਨਹੀਂ ਪਹੁੰਚੇ ਮੈਨੂੰ ਇਹ ਪਤਾ ਲੱਗਾ ਕਿ ਐਸਸੀਐਸ ਦਾ ਜਿਹੜਾ ਆਫਿਸ ਸੀ ਉਹ 2 2.5 ਕਿਲੋਮੀਟਰ ਦੂਰ ਸੀ ਜਿੱਥੇ ਦੁਰਘਟਨਾ ਹੋਈ ਹੈ ਓਕੇ ਪੁਲਿਸ ਵਾਲੇ ਵੀ ਜਿਹੜੇ ਨੇ ਉਹ ਵੀ ਕੋਈ ਜ਼ਿਆਦਾ ਦੂਰ ਨਹੀਂ ਸਨ ਫਿਰ 40 ਮਿੰਟਾਂ ਤੱਕ ਹੈਲੀਕਾਪਟਰ ਵੀ ਨਹੀਂ ਪਹੁੰਚਿਆ ਹਮ ਐਸਐਸ ਵਾਲੇ ਵੀ ਨਹੀਂ ਪਹੁੰਚੇ ਪੁਲਿਸ ਵਾਲੇ ਵੀ ਨਹੀਂ ਪਹੁੰਚੇ ਇਹੋ ਤਿੰਨ ਸਵਾਲ ਨੇ ਜਿਹੜਾ ਦਾ ਜਵਾਬ ਜਿਹੜਾ ਹੈ ਉਹ ਸਾਰੀ ਜਨਤਾ ਮੰਗਦੀ ਪਈ ਹੈ ਇਨਕਲੂਡਿੰਗ ਸਾਡੀ ਕਮਿਊਨਿਟੀ ਦੇ ਵਿੱਚ ਉਹਦੇ ਪੇਰੈਂਟਸ ਉਹਦੀ ਫੈਮਿਲੀ ਦੇ ਆਫਕੋਰਸ ਉਹਨਾਂ ਦੇ ਆਲੇ ਵਿਚਾਰੇ ਨੇ ਹੋਸ਼ ਹੀ ਨਹੀਂ ਹੈ ਓਕੇ ਉਹ ਜਿਸ ਕਿਸਮ ਦੇ ਟਰਾਮਾ ਤੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਤੇ ਹਲੇ ਸਵਾਲ ਪੁੱਛਣ ਦੀ ਹਿੰਮਤ ਨਹੀਂ ਹੈ ਲੇਕਿਨ ਇਹ ਹੈ ਕਿ ਬੀਇੰਗ ਅ ਕਮਿਊਨਿਟੀ ਲੀਡਰ ਕਮਿਊਨਿਟੀ ਆਰਗੇਨਾਈਜੇਸ਼ਨ ਤੋਂ ਅਸੀਂ ਇਹ ਸਵਾਲ ਪੁੱਛਣਾ ਚਾਹਾਂਗੇ ਗਵਰਨਮੈਂਟ ਆਫ ਆਸਟ੍ਰੇਲੀਆ ਨੂੰ ਕਿਸਾਨ ਨੂੰ ਇਹ ਇਹਦਾ ਜ਼ਰੂਰ ਕਿਸੇ ਨਾ ਕਿਸੇ ਸਟੇਟ ਤੇ ਜਾ ਕੇ ਸਾਨੂੰ ਦਾ ਜਵਾਬ ਮਿਲੇ ਰਾਈਟ ਡੈਫੀਨਿਟਲੀ ਔਰ ਇੱਕ ਹੋਰ ਸਵਾਲ ਹੈ ਤੇ ਸਰ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰੀਜਨਲ ਏਰੀਆਜ਼ ਦੇ ਵਿੱਚ ਬਹੁਤ ਸਾਰੇ ਜਿਹੜੇ ਟੈਂਪਰੇਰੀ ਮਾਈਗ੍ਰੈਂਟਸ ਜਾਂਦੇ ਨੇ ਇੱਕ ਬਿਹਤਰ ਜ਼ਿੰਦਗੀ ਦੀ ਆਸ ਦੇ ਵਿੱਚ ਔਰ ਤੁਸੀਂ ਇਹ ਵੀ ਦੱਸ ਰਹੇ ਹੋ ਕਿ 40 ਮਿੰਟ ਤੱਕ ਜੇ ਉਹ ਨਾ ਤੱਕ ਐਮਰਜੈਂਸੀ ਮਦਦ ਨਹੀਂ ਪਹੁੰਚ ਪੰਦੀ ਔਰ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਾਰਿਆਂ ਨੂੰ ਫਲੈਗ ਕਰਕੇ ਰੱਖੀਆਂ ਗਈਆਂ ਸੀਗੀਆਂ ਕਿ ਦੇ ਕੈਨ ਬੀ देयर ਨੀਡ ਹਨਾ ਉਹਨਾਂ ਦੀ ਲੋਡ ਪੈ ਸਕਦੀ ਹੈ ਸਟੈਂਡ ਬਾਈ ਤੇ ਰਹਿਣ ਔਰ ਸਪੈਸ਼ਲੀ ਐਸਐਸ ਯਾ ਹੂ ਜਿਹੜੀਆਂ ਸੰਸਤਾਵਾਂ ਹੁੰਦੀਆਂ ਨੇ ਸੋ ਐਸੇ ਦੇ ਵਿੱਚ ਤੁਹਾਡੀ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲ ਹੋਈ ਹੋਣੀ ਆ ਤੁਸੀਂ ਦੱਸਿਆ ਕਿ ਪਰਿਵਾਰ ਫਿਲਹਾਲ ਬਹੁਤ ਜ਼ਿਆਦਾ ਸੋਗ ਦੇ ਵਿੱਚ ਹੈ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਵਾਂਸ ਇਟਸ ਗੋਨ ਇਹ ਹਾਦਸਾ ਹੋ ਚੁੱਕਿਆ ਹੈ ਹੁਣ ਨਹੀਂ ਕੁਝ ਕਰ ਸਕਦੇ ਹੈਗੇ ਸੋ ਉੱਥੇ ਕਿਸ ਤਰੀਕੇ ਦੇ ਨਾਲ ਸੰਪਰਕ ਕੀਤਾ ਜਾ ਰਹੇ ਨੇ ਇਹਨਾਂ ਦੇ ਪਰਿਵਾਰ ਤੱਕ ਔਰ ਆਯਾਜ਼ ਦੀ ਜਿਹੜੀ ਡੈੱਡ ਬੋਡੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਅਲਵਿਦਾ ਕਿਤਾ ਜਾਏਗਾ ਆਸਟ੍ਰੇਲੀਆ ਤੋਂ ਔਰ ਇਟ ਵਿਲ ਬੀ ਅ ਟ੍ਰੈਜਿਕ ਮੈਂ ਤੁਹਾਨੂੰ ਦੱਸਾਂ ਕਿ ਵੀ ਯਾਸ ਇੱਕ ਕਮਿਊਨਿਟੀ ਹੈ ਜੀ ਅਹਮਦਗਿਆ ਕਮਿਊਨਿਟੀ ਮਾਸਨ ਪਾਰਕ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸੈਂਟਰ ਹੈਗਾ ਉਸ ਕਮਿਊਨਿਟੀ ਨਾਲ ਇਹ ਤੱਲਕ ਰੱਖਦਾ ਹੈ ਔਰ ਉਹ ਕਮਿਊਨਿਟੀ ਜਿਹੜੀ ਉਹ ਬੜੀ ਆਰਗੇਨਾਈਜ਼ ਬੜੀ ਮਤਲਬ ਵੈਲ ਸੈਟਲਡ ਕਾਈਂਡ ਆਫ ਅ ਕਮਿਊਨਿਟੀ ਹੈ ਤੇ ਫਾਈਨੈਂਸ਼ਲੀ ਯਾ ਇਸ ਕਿਸਮ ਦੀ ਹੈਲਪ ਜਿਹੜਾ ਮੇਰੇ ਖਿਆਲ ਉਹਨਾਂ ਨੂੰ ਜ਼ਰੂਰਤ ਨਹੀਂ ਪੈਗੀ ਉਹ ਬਾਡੀ ਵਗੈਰਾ ਜਿਹੜੀ ਇਹ ਰਿਵਾਸ਼ ਕਰਕੇ ਮੈਂ ਅੱਜ ਤੱਕ ਤੇ ਨਹੀਂ ਪਤਾ ਚੱਲ ਰਿਹਾ ਕਿ ਵੀ ਉਹ ਬਾਡੀ ਨੂੰ ਵਾਪਸ ਭੇਜਣੇ ਨੇ ਪਾਕਿਸਤਾਨ ਦੇ ਸਪੇਡਣਗੇ ਜਾਂ ਇੱਥੇ ਉਹਨੂੰ ਬਾਡੀ ਨੂੰ ਰੱਖਣਗੇ ਤੇ ਜੋ ਵੀ ਸਿਚੁਏਸ਼ਨ ਹੋਈ ਵੀ ਵੀ ਵਿਲ ਬੀ ਵਰਕਿੰਗ ਵਿਦ them ਜੇ ਵੀ ਉਹਨਾਂ ਦੀ ਫੈਮਿਲੀ ਦੀ ਇੱਛਾ ਹੋਈ ਉਹਦੇ ਨਾਲ ਅਸੀਂ ਰਲ ਕੇ ਉਹਨਾਂ ਨਾਲ ਕੰਮ ਕਰਾਂਗੇ ਔਰ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਸਕੂਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮੈਂ ਇੱਥੇ ਦੇ ਸਾਰੇ ਜਿਹੜੇ ਕਾਰਵਾਈਆਂ ਨੇ ਉਹ ਵੀ ਪੂਰੀਆਂ ਹੋ ਜਾਣ ਔਰ ਉਹਨਾਂ ਦੀ ਫੈਮਲੀ ਨੂੰ ਕੁਝ ਜ਼ਿਆਦਾ ਮਤਲਬ ਅਜ਼ੀਅਤ ਵੀ ਨਾ ਪਹੁੰਚੇ ਰਾਈਟ ਅਸਾਪ ਤੁਸੀਂ ਹਾਂਜੀ ਪਲੀਜ਼ ਇਹ ਉਹ ਇੰਨੇ ਇਸ ਤਰ੍ਹਾਂ ਦੇ ਮੌਕੇ ਦੇ ਉੱਤੇ ਇੱਕ ਤੇ ਘਰ ਵਾਲਿਆਂ ਦਾ ਜਿਹੜਾ ਉਹ ਫਰਦ ਜਿਹੜਾ ਉਹ ਚिल ਜਾਂਦਾ ਉੱਪਰ ਔਰ ਦੂਸਰਾ ਉਹਨਾਂ ਨੂੰ ਜਿਹੜੀਆਂ ਕਾਰਵਾਈਆਂ ਦੀਵੇ ਨਾਲ ਕਿ ਦੀ ਇਹ ਕਾਰਵਾਈ ਵੀ ਕਰਨੀ ਉਹ ਕਾਰਵਾਈ ਵੀ ਕਰਨੀ ਉਹਦੀ وجہ ਨਾਲ ਵੀ ਬੜਾ ਦੁੱਖ ਹੁੰਦਾ ਹੈ ਬੇਚ ਹਾਂਜੀ ਅਸੀਂ ਅਸੀਂ ਇਹ ਚਾਹ ਰਹੇ ਹਾਂ ਕਿ ਉਹ ਸਾਰੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਉਹਨਾਂ ਵਾਸਤੇ ਆਸਾਨ ਹੋ ਜਾਣ ਉਹਨਾਂ ਦੇ ਬਾਡੀ ਚੜੀ ਹੋਣਾ ਤੱਕ ਫੈਮਿਲੀ ਤੱਕ ਪਹੁੰਚ ਜਾਵੇ ਔਰ ਜੋ ਵੀ ਉਹਨਾਂ ਨੇ ਆਪਣਾ ਸ਼ੌਕ ਕਰਨਾ ਹੋ ਕਰਨ ਲੇਕਿਨ ਇਸ ਸਵਾਲਾਂ ਦੇ ਜਵਾਬ ਵਾਸਤੇ ਮਤਲਬ ਮੈਂ ਤੁਹਾਨੂੰ ਤੁਹਾਡੇ ਪਲੇਟਫਾਰਮ ਤੋਂ ਦੱਸਣਾ ਚਾ ਰਿਹਾ ਕਿ ਪਾਕਿਸਤਾਨ ਆਸਟ੍ਰੇਲੀਆ ਐਸੋਸੀਏਸ਼ਨ ਇਹ ਇੱਕ ਇੰਟਰਸਟਿਡ ਪਾਰਟੀ ਬਣ ਕੇ ਕਾਰਨਰਸ ਦੀ ਕੋਰਟ ਦੇ ਵਿੱਚ ਡੈਫੀਨਟਲੀ ਜਾਏਗੀ ਔਰ ਅਸੀਂ ਅਸੀਂ ਇਹ ਦੇਖਣਾ ਚਾਹਾਂਗੇ ਕਿ ਇਸ ਪੂਰੇ ਹਾਦਸੇ ਦਾ ਇਨਵੈਸਟੀਗੇਸ਼ਨ ਹੋਵੇ ਇਹਦੇ ਪਤਾ ਚੱਲੇ ਕਿ ਕਿਹ ਕਿਹੜਾ ਕਿਹੜੇ ਡਿਪਾਰਟਮੈਂਟ ਦਾ ਕੀ ਕਸੂਰ ਹੈ ਉਹਦੇ ਵਾਸਤੇ ਫਿਰ ਤੁਹਾਨੂੰ ਪਤਾ ਕਿ ਨਿਊ ਸਾਊਥਵੈਲ ਕਾਰਨਰਸ ਕੋਰਟ ਜਿਹੜੀ ਉਹ ਫਿਰ ਰეკਮੈਂਡੇਸ਼ਨ ਦਿੰਦੀ ਹੈ ਉਸ ਰეკਮੈਂਡੇਸ਼ਨ ਇਸ ਵਾਸਤੇ ਅਸੀਂ ਉਹਨੂੰ ਤੋੜ ਪਹਚਾਣਾ ਚਾਹਾਂਗੇ ਕਿ ਆਂਹਦਾ ਇਸ ਕਿਸਮ ਦਾ ਹਾਦਸਾ ਜਿਹੜਾ ਨਾ ਹੋਵੇ ਜੀ ਆਮ ਬ੍ਰਿਟਿਸ਼ ਸ਼ੋਰ ਕਿ ਤੁਸੀਂ ਖੁਦ ਪੇਸ਼ੇਵਰ ਵਕੀਲ ਹੈਗੇ ਹੋ ਜੀ আর ਇਸ ਮਾਮਲੇ ਦੀ ਤਹਿ ਤੱਕ ਜਾਉਂਗੇ ਔਰ ਬਹੁਤ ਜ਼ਰੂਰੀ ਹੈਗੇ ਕਿ ਪਾਕਿਸਤਾਨ ਆਸਟ੍ਰੇਲੀਆ ਐਸੋਸੀਏਸ਼ਨ ਦੀ ਤਰਫ ਤੋਂ ਔਰ ਸੋਸਾਇਟੀ ਦੇ ਇੱਕ ਮਾਤਬਰ ਵਿਅਕਤੀ ਹੋਣ ਦੇ ਨਾਤੇ ਤੁਸੀਂ ਇਸ ਕੇਸ ਨੂੰ ਫਾਲੋ ਅਪ ਕਰਕੇ

ਕਾਫਨਾਕ ਤਰੀਕੇ ਦੇ ਨਾਲ ਮੌਤ ਹੋਈ ਹੈ ਹੜਾਂ ਦੇ ਵਿੱਚ ਇਕਲੌਤੀ ਜਾਨ ਜਿਹੜੀ ਨਿਵ사ਤ ਹੋ ਗਈ ਹੈ ਸੁਖਤ ਗੱਲ ਇਹ ਹੈਗੀ ਆ ਕਿ ਬਹੁਤਾ ਵਧੇਰੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਜਾਨ ਵੀ ਜਾਨੀ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਫਿਲਹਾਲ ਇਸ ਮਾਮਲੇ ਦੇ ਉੱਤੇ ਤੁਸੀਂ ਵਧੇਰੇ ਜਾਣਕਾਰੀਆਂ ਸਾਡੇ ਫੇਸਬੁਕ ਪੇਜ ਜਾਂ ਫਿਰ ਵੈਬਸਾਈਟ www.hanji.com.au ਤੋਂ ਲੈ ਕੇ ਹਾਸਲ ਕਰ ਸਕਦੇ ਹੋ ਫਿਲਹਾਲ ਮੈਨੂੰ ਗਾਥਮ ਕਪਿਲ ਨੂੰ ਦਿਓ ਇਜਾਜ਼ਤ ਧੰਨਵਾਦੀ